ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਗੱਲ ਕਰਾਂਗੇ ਦੁਨੀਆ ਦੇ ਸਰਪੰਚ ਮੁਲਕ ਦੀ, ਗੱਲ ਕਰਾਂਗੇ ਅਮੈਰੀਕਾ ਦੀ। ਸੋ US ਸਟੂਡੈਂਟ ਵੀਜ਼ਾ ਮੁੰਡੇ ਨੇ ਅੱਜ ਹਾਸਲ ਕੀਤਾ ਜੀ ਬਿਨਾਂ ਆਇਲਸ ਤੋਂ। ਸੋ ਸਭ ਤੋਂ ਪਹਿਲੇ ਵਿਜੈਂਤ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡਾ USA ਦਾ ਵੀਜ਼ਾ ਗ੍ਰਾਂਟ ਹੋਇਆ ਜੀ। ਸੋ ਵਿਜੈਂਤ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ, ਪੜ੍ਹਾਈ ਦੇ ਵਿੱਚ ਗੈਪ ਸੀਗਾ, ਗੈਪ ਤੋਂ ਬਾਅਦ ਬਿਨਾਂ ਆਇਲਸ ਤੋਂ USA ਦਾ ਵੀਜ਼ਾ ਹਾਸਲ ਕੀਤਾ। ਸੋ ਵਿਜੈਂਤ ਸਭ ਤੋਂ ਪਹਿਲੇ ਓਮ ਗਲੋਬਲ ਬਾਰੇ ਕਿੱਦਾਂ ਪਤਾ ਲੱਗਿਆ? ਭਾਜੀ ਮੈਨੂੰ ਇਹਦੇ ਬਾਰੇ ਟੀਵੀ ਤੋਂ ਦੇਖ ਕੇ ਪਤਾ ਲੱਗਿਆ ਸੀ। ਸੋ ਓਕੇ, ਟੀਵੀ ਸ਼ੋਅ ਦੇਖ ਕੇ ਵਿਜ਼ਿਟ ਕੀਤਾ ਜੀ। ਸੋ ਪਹਿਲਾਂ ਸੋਚਦਾ ਸੀਗਾ ਕਿ ਯਾਰ USA ਦਾ ਵੀਜ਼ਾ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ। ਅੱਜ ਵੀਜ਼ਾ ਹਾਸਲ ਕਰ ਲਿਆ, ਕਿਵੇਂ ਦਾ ਫੀਲ ਹੋ ਰਿਹਾ? ਬੜਾ ਵਧੀਆ ਲੱਗ ਰਿਹਾ ਹੁਣ ਤਾਂ। ਓਕੇ, ਸੋ ਅੱਛਾ ਫੀਲ ਹੋ ਰਿਹਾ। ਓਬਵੀਅਸ ਜੀ ਗੱਲ ਹੈ ਜੀ, ਵੀਜ਼ਾ ਜਦੋਂ ਗ੍ਰਾਂਟ ਹੁੰਦਾ ਸੋ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ। ਸੋ ਜੇਕਰ ਤੁਸੀਂ ਵੀ ਬਿਨਾਂ ਆਇਲਸ ਤੋਂ ਜਾਂ ਆਇਲਸ ਦੇ ਨਾਲ USA ਦਾ ਵੀਜ਼ਾ ਲੈਣਾ ਚਾਹੁੰਦੇ ਹੋ, ਪੜ੍ਹਾਈ ਦੇ ਵਿੱਚ ਗੈਪ ਪੈ ਚੁੱਕਾ ਹੈ, ਪਰਸੈਂਟੇਜ ਘੱਟ ਹੈ, ਜਾਂ ਫਿਰ ਮਲਟੀਪਲ ਟਾਈਮ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ, ਵਿਜੈਂਤ ਵਾਂਗ ਤੁਸੀਂ ਵੀ ਆਪਦਾ ਵੀਜ਼ਾ 47,500 ਦੇ ਵਿੱਚ ਲੈ ਸਕਦੇ ਹੋ। ਸੋ ਦੇਰੀ ਨਾ ਕਰਿਓ, ਹੁਣੇ ਫੋਨ ਚੱਕੋ, ਕਾਲ ਕਰੋ 9100 ਕਾਰਡ 9100 ਸਟਾਰ 'ਤੇ, ਵਿਜੈਂਤ ਵਾਂਗ ਤੁਸੀਂ ਵੀ ਆਪਦਾ USA ਦਾ ਸੁਪਨਾ ਕਰੋ ਸਾਕਾਰ। ਧੰਨਵਾਦ।